हुई सी उपकार नगर के जिद सिमरन साह सिमरन सिंह मुंडा ही उन्होंने ये अलर्ट किया दुकान पर आके सुखराज लोहरिया इन्होंने आके दसा बारह बंद ने अटैक किया प्लस कोई फायर नवा जोड़ा कोई आवाज आई वो किया सो असी इमीजिएटली उत्थे एफ आई आर दर्ज करके तफ्तीश की दौरान तफ्तीश जोड़ा साडा ये जी थ्यूरी है सानू थोड़ा जहा डाइवर्ट होया भी जोड़ा जिहड़ी इह गल कह रहे हैं वो थोड़ी जी है वैपी डिस्क्रीपेंसी है सो इन द मेन टाइम ये जोड़ा एक शिवम चौहान एलियस तोता इनू एक नंबर थाने दे विच इनू गिरफ्तार किया गया इत्थे एफ आई आर दर्ज दर्ज हुई उहदे विच फिर इन्हें इंटरोगेशन च मन्निया कि वह 15-5 वाली जिहड़ी लड़ाई सी उहदे विच ਇਹ ਵੀ ਉੱਥੇ ਮੌਜੂਦ ਸੀਗਾ ਅਤੇ ਸਿਮਰਨ ਸਿੱਧੂ ਸਿਮਰਨ ਦੇ ਕਹਿਣ 'ਤੇ ਆਇਆ ਸੀਗਾ ਨਾਲ ਇਹਦੇ 6-7 ਸਾਥੀ ਹੋਰ ਸੀਗੇ ਉਹ ਜਿਹੜਾ ਫਾਇਰ ਹੋਇਆ ਉਹ ਇਹਦੇ ਵੱਲੋਂ ਹੀ ਹੋਇਆ ਅਤੇ ਉਹਦੇ ਵਿੱਚ ਸਿੱਧੂ ਫਿਰ ਸਾਨੂੰ ਅਸਲੀਅਤ ਦਾ ਪਤਾ ਲੱਗਾ ਵੀ ਵਾਕਈ ਜਿਹੜਾ ਫਾਇਰ ਜਿਹੜਾ ਸਿਮਰਨ ਕਹਿੰਦਾ ਹੋਇਆ ਵੈ ਲੇਕਿਨ ਉਹ ਹੋਇਆ ਜਿਹੜਾ ਅਕਿਊਜ਼ ਪਾਰਟੀ ਵੱਲੋਂ ਕਹਿੰਦਾ ਸੀਗਾ ਸੁਖਰਾਜ ਲਾਹੌਰੀ ਵੱਲੋਂ ਉਹਨਾਂ ਵੱਲੋਂ ਨਹੀਂ ਉਹ ਫਾਇਰ ਹੋਇਆ ਸੀਗਾ ਇਹਨਾਂ ਵੱਲੋਂ ਸੋ ਅਸੀਂ ਇਹ ਤਫਤੀਸ਼ ਕਰਕੇ ਜਿਹੜਾ ਫਿਰ ਉਹਦੇ ਵਿੱਚ ਉੱਥੇ ਉਹ ਇਹਨੂੰ ਕ੍ਰੋਸ ਕੇਸ ਕੀਤਾ ਕ੍ਰੋਸ ਕੇਸ ਦੇ ਵਿੱਚ ਹੁਣ ਜਿਹੜਾ ਆਪਾਂ ਸਿਮਰਨ ਸਿੱਧੂ ਸਿਮਰਨ ਜਿਹੜਾ ਸਿਮਰਨ ਹੈ ਇਹਨੂੰ ਸਿਮਰਨ ਪਲੱਸ ਜਿਹੜਾ ਸ਼ਿਵਮ ਚੌਹਾਨ ਲੱਕੀ ਚੌਹਾਨ ਅਤੇ 5-6 ਜਣੇ ਹੋਰ ਹੈ ਜਿਹੜੇ ਆਪਾਂ ਇਹਨਾਂ ਨੂੰ ਕ੍ਰੋਸ ਕੇਸ ਦੇ ਵਿੱਚ ਨੋਮੀਨੇਟ ਕੀਤੇ ਹੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਇਹਨਾਂ 'ਤੇ ਸਿਮਰਨ ਉਹਨਾਂ 'ਤੇ ਇਹਨਾਂ 'ਤੇ ਵੀ ਐੱਫ ਆਈ ਆਰ ਦਰਜ ਹੈ ਉਹਦੇ ਦੂਜੇ ਜਿਹੜੇ ਸੁਖਰਾਜ ਉਹਨਾਂ 'ਤੇ ਇਹਨਾਂ 'ਤੇ ਵੀ ਕ੍ਰੋਸ ਕੇਸ ਦਰਜ ਹੈ ਇੱਕ ਕੇਸ ਦੇ ਵਿੱਚ ਆਪਾਂ ਕਰੀਬ ਇਸ ਕੇਸ ਦੇ ਵਿੱਚ ਕਰੀਬ 4 ਜਿਹੜੀਆਂ ਸਾਡੀਆਂ ਜਿਹੜੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਬਾਕੀ ਜਿਹੜੇ ਆਪਾਂ ਜਲਦੀ ਹੀ ਜਿਹੜੇ ਗ੍ਰਿਫਤਾਰ ਕਰ ਲਾਂਗੇ ਸਰ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਇਹਨਾਂ ਦਾ ਵੇਖੋ ਕੋਈ ਇਹਦਾ ਜਿਹੜਾ ਬਾਕੀ ਜਿਹੜਾ ਇਹਨਾਂ ਦਾ ਰਿਕਾਰਡ ਹੈ ਜਿਹੜਾ ਜਿਹੜੀ ਇਹਨਾਂ ਦੀ ਪ੍ਰੋਫਾਈਲ ਹੈ ਇਹਨਾਂ ਦਾ ਜਿਹਦਾ ਸ਼ਿਵਮ ਚੌਹਾਨ ਦੇ ਖਿਲਾਫ਼ ਵੀ ਜਿਹੜੇ 9 ਮੁਕੱਦਮੇ ਦਰਜ ਹੈ ਲੜਾਈ ਝਗੜਿਆਂ ਦੇ ਇਸ ਤਰ੍ਹਾਂ ਹੀ ਕਰਕੇ ਦੂਸਰਿਆਂ ਦੇ ਖਿਲਾਫ਼ ਵੀ ਉਹ ਵੀ ਲੜਾਈ ਝਗੜਾ ਕਰਨ ਦੇ ਆਦਿ ਨੇ ਸੋ ਇਹਨਾਂ ਦਾ ਉਦਣ ਇੱਕ ਪਾਰਟੀ ਸੀਗੀ ਇਹਨਾਂ ਦੇ ਉਸੇ ਅਪਕਾਰ ਨਗਰ ਦੇ ਵਿੱਚ ਹੀ ਉੱਥੇ ਇਹਨਾਂ ਦੀ ਕੋਈ ਬਹਿਸ ਬਸਾਈ ਹੋਈ ਸੀਗੀ ਸੁਖਰਾਜ ਕਹਿੰਦਾ ਸੀਗਾ ਕੋਈ ਇਹਨਾਂ ਨੂੰ ਸਿਮਰਨ ਹੋਣਾ ਨਾ ਕੋਈ ਪੈਸੇ ਦਾ ਰੌਲਾ ਪੈਦਾ ਉਹ ਕੋਈ ਲੈਣ ਦੇਣ ਨਹੀਂ ਜਿੱਥੋਂ ਇਹਨਾਂ ਦੀ ਤਕਰਾਰ ਜਿਹੜਾ ਹੋ ਗਿਆ ਸੋ ਇਹ ਦੋਨੇ ਪਾਸੇ ਪਲੈਂਡ ਸੀਗਾ ਇਹਨਾਂ ਦਾ ਜਿਹੜਾ ਇਹ ਲੜਾਈ ਕਰਨਾ ਸੋ ਇਸ ਕੇਸ ਦੇ ਵਿੱਚ ਅਸੀਂ ਜਿਹੜਾ ਕ੍ਰੋਸ ਕੇਸ ਦਰਜ ਕਰਕੇ ਮਦਈ ਦੇ ਵੀ ਉਹਨੂੰ ਵੀ ਜਿਹੜਾ ਮੁਲਜ਼ਮ ਬਣਾਇਆ ਤੋ ਇਹਨੂੰ ਅਸੀਂ ਇੱਕ ਜਿਹੜਾ ਲੌਜੀਕਲ ਐਂਡ ਤੱਕ ਖੜਾਂਗੇ ਆਪਾਂ ਬਾਕੀ ਦੋਸ਼ੀ ਵੀ ਜਿਹੜੇ ਜਲਦੀ ਗ੍ਰਿਫਤਾਰ ਕਰਾਂਗੇ।